ਸ਼੍ਰੋਮਣੀ ਅਕਾਲੀ ਦਲ ਦੇ ਤੇ ਬਸਪਾ ਦੇ ਗੱਠਜੋੜ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਅੱਜ ਪੰਜਾਬ ਵਿੱਚ ਸਭ ਤੋਂ ਵੱਡੀ ਨਫ਼ਰਤ ਵਾਲੀ ਜਿਹੜੀ ਪਾਰਟੀ ਹੈ ਜਿਹਨੂੰ ਨਫ਼ਰਤ ਲੋਕ ਕਰਦੇ ਨੇ ਪੰਜਾਬ ਵਿੱਚ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਆ, ਕਾਂਗਰਸ ਪਾਰਟੀ ਆ, ਤਿੰਨਾਂ ਪਾਰਟੀਆਂ ਰਲ ਕੇ ਪੰਜਾਬ ਦੇ ਵਿੱਚ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ। ਅੱਜ ਅਕਾਲੀ ਦਲ ਆਪਣੀ ਜਿਹੜੀ ਆਪਣੇ ਸਿਧਾਂਤ ਨੇ ਉਹ ਛੱਡ ਚੁੱਕਿਆ, ਔਰ ਦੂਜੇ ਪਾਸੇ BSP ਆ, BSP ਦੀ ਸੁਪਰੀਮੋ ਮਾਇਆਵਤੀ ਆਪਣੇ ਸਿਧਾਂਤ ਛੱਡ ਚੁੱਕੀ ਆ। ਇਹ ਇਕੱਲੇ ਇਕੱਲੇ ਨੂੰ ਪਤਾ ਗਾ, ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਗਾ ਕਿ BSP ਜਿਹੜਾ ਹੈਗਾ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਸਿਧਾਂਤ ਛੱਡਤਾ, ਬਾਬੂ ਕਾਂਸ਼ੀ ਰਾਮ ਜੀ ਦੇ ਸਿਧਾਂਤ ਛੱਡਤੇ। ਅੱਜ ਉਹ ਵੀ ਉਸੇ ਤਰ੍ਹਾਂ ਦੀ ਪਾਰਟੀ ਬਣ ਚੁੱਕੀ ਹੈ ਜਿਸ ਤਰ੍ਹਾਂ ਦੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਆ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਲੁੱਟਦਾ ਹੁੰਦਾ ਸੀਗਾ, BSP ਜਿਹੜੀ ਆ ਉਹ UP 'ਚ ਲੋਕਾਂ ਲੁੱਟਦੀ ਹੁੰਦੀ ਸੀਗੀ, ਤਾਂ ਹੀ ਜਿਹੜਾ ਉੱਥੇ BSP ਖਤਮ ਹੋ ਚੁੱਕੀ ਆ ਔਰ ਪੰਜਾਬ ਵਿੱਚ ਅਕਾਲੀ ਦਲ ਖਤਮ ਹੋ ਚੁੱਕਿਆ। ਸੋ ਮੈਂ ਸਮਝਦਾ 0+0 ਬਰਾਬਰ ਤੋਂ 0, ਸੋ ਇਹਨਾਂ ਦਾ ਰਿਜ਼ਲਟ ਕੁਛ ਨਹੀਂ ਆਉਣਾ। ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਗਾ ਕਿ ਪੰਜਾਬ ਵਿੱਚ ਜਿਹੜੀ ਆ ਕਿਸਾਨ ਦੇ ਖਿਲਾਫ਼, ਪੰਜਾਬ ਵਿੱਚ ਜਿਹੜਾ ਹੈਗਾ ਖੇਤ ਮਜ਼ਦੂਰ ਦੇ ਖਿਲਾਫ਼ ਅਕਾਲੀ ਦਲ ਨੇ 3 ਕਾਲੇ ਕਾਨੂੰਨ 'ਤੇ ਦਸਖਤ ਕੀਤੇ ਨੇਗੇ, ਔਰ ਬਹੁਜਨ ਸਮਾਜ ਪਾਰਟੀ ਬਿਲਕੁਲ ਚੁੱਪ ਰਹੀ ਆ, ਸਾਇਲੈਂਟ ਰਹੀ ਆ। ਇਸ ਗੱਲ ਕਰਕੇ ਇਹਨਾਂ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈਗਾ। ਅਕਾਲੀ ਜਦੋਂ BJP ਨਾਲ ਗੱਠਜੋੜ ਤੋੜਿਆ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਇਕੱਲੇ ਚੋਣ ਲੜਾਂਗੇ, ਫਿਰ ਹੁਣ ਕੀ ਨੌਬਤ ਆ ਗਈ ਜਿਹੜੀ ਗੱਠਜੋੜ ਕਰਨਾ ਵਿੱਚ? ਦੇਖੋ ਅਕਾਲੀ ਦਲ ਜਿਹੜਾ ਹੈਗਾ ਇਸ ਸਮੇਂ ਪੰਜਾਬ ਵਿੱਚ ਸਿਆਸੀ ਤੌਰ 'ਤੇ ਖਤਮ ਹੋ ਚੁੱਕੀ ਪਾਰਟੀ ਆ, ਪੰਜਾਬ ਦੇ ਸਿਆਸੀ ਸੀਨ ਦੇ ਉੱਤੇ ਅਕਾਲੀ ਦਲ ਦਾ ਕੋਈ ਵਜੂਦ ਨਹੀਂ ਹੈਗਾ। ਸੋ ਆਪਣੇ ਆਪ ਦਾ ਸਿਆਸੀ ਜਿਹੜੀ ਖੋਈ ਹੋਈ ਜ਼ਮੀਨ ਆ ਉਹਨੂੰ ਬਰਕਰਾਰ ਰੱਖਣ ਦੇ ਲਈ ਉਹ ਤਲਾਸ਼ ਰਹੇ ਨੇ ਕਿ ਉਹ ਜ਼ਮੀਨ ਨੂੰ ਤਲਾਸ਼ਣ ਦੇ ਲਈ ਆ ਜਿਹੜਾ ਇਸ ਤਰ੍ਹਾਂ ਦੇ ਮੈਂ ਸਮਝਦਾ ਗੈਰ ਸੰਵਿਧਾਨਕ ਜਿਹੜੇ ਹੈਗੇ ਨੇ ਉਹ ਗੱਠਜੋੜ ਕਰ ਰਹੇ ਨੇ। ਦਿਲਬਾ ਹਲਕੇ ਦੇ ਨੁਮਾਇੰਦੇ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਹੋ ਦਿਲਬਾ ਹਲਕੇ ਦੇ ਵਿੱਚ ਵੀ ਜਿਹੜਾ ਹੈਗਾ BSP ਦਾ ਜਿਹੜਾ ਕੈਂਡੀਡੇਟ ਉਤਾਰਿਆ ਜਾ ਸਕਦਾ? ਦੇਖੋ ਜਿਹੜਾ ਮਰਜ਼ੀ ਕੈਂਡੀਡੇਟ ਉਤਾਰਿਆ ਜਾਵੇ, ਸਾਡਾ ਆਮ ਆਦਮੀ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਆ, ਔਰ ਇੱਕੋ ਇੱਕ ਪਾਰਟੀ ਹੈ ਜਿਹੜੀ ਲੋਕਾਂ ਨੂੰ ਅੱਛੀ ਐਜੂਕੇਸ਼ਨ, ਅੱਛੀਆਂ ਸਿਹਤ ਸਹੂਲਤਾਂ, ਕਰਪਸ਼ਨ ਫਰੀ ਸਟੇਟ ਬਣਾਉਣ ਦੀ ਗੱਲ ਕਰਦੀ ਆ। ਸੋ ਸਾਨੂੰ ਜਿਹੜਾ ਮਰਜ਼ੀ ਆ, ਸਾਨੂੰ ਕਿਸੇ ਤੋਂ ਕੋਈ ਡਰ ਨਹੀਂ। ਆਮ ਆਦਮੀ ਪਾਰਟੀ ਜਿਹੜੀ ਹੈ ਦਿੜਬਾ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੂਗੀ। ਕਾਂਗਰਸ ਵੱਲੋਂ ਜਿਹੜਾ ਹੈਗਾ ਜੀ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਹੈਗਾ, ਵੱਡੇ ਕਾਫਲੇ ਵੀ ਦਿਖੇ ਸੜਕਾਂ ਦੇ ਉੱਪਰ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਬਿਲਕੁਲ ਤੇਲ ਦੀਆਂ ਕੀਮਤਾਂ ਦੇਸ਼ ਦੇ ਵਿੱਚ ਵਧੀਆਂ ਨੇਗੀਆਂ, ਉਹਦੇ ਵਿੱਚ ਪੰਜਾਬ ਸਰਕਾਰ, ਕਾਂਗਰਸ ਪਾਰਟੀ ਦੀ ਸਰਕਾਰ, ਕੈਪਟਨ ਸਾਹਿਬ ਜ਼ਿੰਮੇਵਾਰ ਨੇਗੇ। ਜਿੱਥੇ ਸੈਂਟਰ ਸਰਕਾਰ ਜ਼ਿੰਮੇਵਾਰ ਆ, ਮੋਦੀ ਸਾਹਿਬ ਦੀ ਸਰਕਾਰ ਜ਼ਿੰਮੇਵਾਰ ਆ, ਉੱਥੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਆ। ਕਾਂਗਰਸ ਅਤੇ ਅਕਾਲੀ ਦਲ ਦਾ ਫਿਊਚਰ ਪੰਜਾਬ ਵਿੱਚ ਖਤਮ ਆ। ਅੱਜ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ, ਪੰਜਾਬ ਦੇ ਹਰ ਇੱਕ ਬੱਚੇ ਨੂੰ ਸਮਝ ਆ ਗਈ ਕਿ ਪੰਜਾਬ ਅੱਜ ਖਾਤਮੇ ਵੱਲ ਕਿਉਂ ਵੱਧ ਰਿਹਾ। ਇਹਦੇ ਪਿੱਛੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ, BJP ਦਾ ਹੱਥ ਹੈਗਾ। ਇਹਨਾਂ ਤਿੰਨਾਂ ਪਾਰਟੀਆਂ ਨੇ ਪੰਜਾਬ ਨੂੰ ਰਲ ਕੇ ਬਰਬਾਦ ਕੀਤਾ ਗਾ। ਸੋ ਅੱਜ ਇੱਕ ਮੈਂ ਸਮਝਦਾ ਪੰਜਾਬ ਕੋਲ ਆਖਰੀ ਆਸ ਜਿਹੜੀ ਬਚੀ ਆ ਉਹ ਆਮ ਆਦਮੀ ਪਾਰਟੀ ਆ। ਸੋ ਬਿਲਕੁਲ ਲੋਕ ਬੜੀ ਤੀਬਰਤਾ ਦੇ ਨਾਲ ਅੜੀਕ ਕਰ ਰਹੇ ਨੇ ਕਿ 2022 ਦਾ ਦਿਨ ਕਿੱਦਣ ਆਵੇ ਜਿੱਦਣ ਅਸੀਂ ਅਕਾਲੀ ਦਲ, ਬਾਦਲ ਦਾ, ਕਾਂਗਰਸ ਪਾਰਟੀ ਦਾ, BJP ਦਾ ਭੋਗ ਪਾਈਏ ਪੰਜਾਬ ਦੇ।